वाहिगुरु जी का खालसा, वाहिगुरु जी की फतेह। पहरेदार चैनल देख रहे दर्शकों का मैं रीना रत्तू स्वागत करती हाँ। हाजिर हाँ थोड़े लिए अज का मुद्दा प्रोग्राम लैके। साड़ा अज का मुद्दा है, अज का दिन सिख इतिहास विशेष महत्व रखता है। अज के दिन दिल्ली के लाल किले से खालसा पंथ का केसरी निशान साहब झूलिया। साड़ा अज का मुद्दा इस संबंधी साढ़े नाल स्टूडियो मौजूद ने पहरेदार के मुख संपादक सरदार जसपाल सिंह हीरा जी। वीर जी वाहिगुरु जी का खालसा, वाहेगुरु जी की फतेह। सब तो पहला साढ़े दर्शकों नूं अज का दिन भाव 11 मार्च 1783 के इतिहासिक महत्व बारे चानना पाओ। देखो भाई, जिस तरह आपां अक्सर गल करते हैं, जो आपां अज के इतिहास की गल करते हैं, अज के सुनेहे की गल करते हैं, सिख पंथ के शाना मत्ते इतिहास का जिहड़ा पन्ना उन्नू फरोलते हैं जी, कि विशेष हुंदा, महान हुंदा, शाना मत्ता हुंदा। परंतु अज का जिहड़ा दिन है 11 मार्च 1783 जिहड़ी तुसीं गल कीती आ, ये सिख कौम दे विच एक बड़ा अहम स्थान रखता जी, देश दे इस देश दे विच भी बड़ा एक अहम स्थान रखता। सो 11 मार्च 1783 नूं वो दिल्ली जिहड़ी हमेशा सिखां ते जुल्म जबर तशद्दुद करदी आई आ, पंथ का हमेशा उहदे नाल टकरा रहा। दिल्ली का चाहे कोई भी हाकम रहा, पंथ का उहदे नाल हमेशा टकरा रहा, क्योंकि दिल्ली है जिहड़ी ਉਹ ਜ਼ੁਲਮ ਦੀ ਪ੍ਰਤੀਕ ਆ, ਕੂੜ ਦੀ ਪ੍ਰਤੀਕ ਆ, ਝੂਠ ਦੀ ਪ੍ਰਤੀਕ ਆ। ਸੋ ਇਸ ਕਰਕੇ ਦਿੱਲੀ ਦੇ ਨਾਲ ਖਾਲਸਾ ਪੰਥ ਦਾ ਜਿਹੜਾ ਟਾਕਰਾ ਉਹ ਹਮੇਸ਼ਾ ਰਿਹਾ। ਪਰੰਤੂ 11 ਮਾਰਚ 1783 ਨੂੰ ਉਹੀ ਦਿੱਲੀ ਜੀ ਸਿੱਖ ਪੰਥ ਦੇ ਕਦਮਾਂ 'ਚ ਚੁੱਕੀ ਸੀ। ਹਾਂਜੀ, ਖਾਲਸਾ ਪੰਥ ਨੇ ਅੱਜ ਦੇ ਦਿਨ ਦਿੱਲੀ ਦੇ ਲਾਲ ਕਿਲੇ 'ਤੇ ਆਪਣਾ ਨਿਸ਼ਾਨ ਸਾਹਿਬ, ਕੋਈ ਉਹਨੂੰ ਕੇਸਰੀ ਨਿਸ਼ਾਨ ਸਾਹਿਬ ਕਹਿ ਰਿਹਾ, ਕੋਈ ਉਹਨੂੰ ਨੀਲਾ ਨਿਸ਼ਾਨ ਸਾਹਿਬ ਕਹਿ ਰਿਹਾ, ਕਿ ਉਸ ਦਿਨ ਦਿੱਲੀ ਦੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਸਾਹਿਬ ਸੀ ਜਿਹੜਾ ਖਾਲਸਾ ਪੰਥ ਦਾ ਪ੍ਰਤੀਕ ਸੀ ਉਹ ਝੂਲਿਆ ਜੀ। ਖਾਲਸਾ ਪੰਥ ਨੇ ਦਿੱਲੀ 'ਤੇ ਕਬਜ਼ਾ ਕੀਤਾ, ਭਾਵੇਂ ਕਿ ਇਸ ਤੋਂ ਇਲਾਵਾ ਵੀ ਉਸ ਤੋਂ ਬਾਅਦ ਵੀ 15 ਵਾਰ ਸਿੱਖਾਂ ਨੇ ਦਿੱਲੀ 'ਤੇ ਹਮਲੇ ਕੀਤੇ, ਦਿੱਲੀ ਨੂੰ ਆਪਣੇ ਪੈਰਾਂ 'ਚ ਰੋਲਿਆ। ਪਰੰਤੂ 11 ਮਾਰਚ ਵਾਲੇ ਦਿਨ ਪਹਿਲੀ ਵਾਰ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਉਸ ਦਿੱਲੀ ਨੂੰ, ਜਿਸ ਦਿੱਲੀ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਜਿਹੜੇ 750 ਸਿੰਘ ਸੀ ਜਿਨ੍ਹਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ, ਉਸ ਹੀ ਦਿੱਲੀ ਨੂੰ ਆਪਣੇ ਪੈਰਾਂ 'ਚ ਰੋਲਿਆ। ਅਤੇ ਇਸ ਕਾਰਨ ਅੱਜ ਦੇ ਦਿਨ ਦੀ ਜਿਹੜੀ ਇੱਕ ਮਹਾਨ ਮਹੱਤਤਾ ਹੈ ਕਿ ਸਿੱਖ ਕੌਮ ਦੀ ਅਸੀਂ ਜਦੋਂ ਗੱਲ ਕਰਾਂਗੇ ਜਾਂ ਅਸੀਂ ਅੱਜ ਕਰ ਰਹੇ ਹਾਂ, ਇੱਕ ਪਾਸੇ ਕੌਮ ਦੀਆਂ ਅੱਜ ਦੀਆਂ ਵਰਤਮਾਨ ਪ੍ਰਸਥਿਤੀਆਂ ਨੇ ਕਿ ਕੌਮ ਆ ਜਿਹੜੀ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਜੀ, ਕੌਮ ਦੇ ਨਾਲ ਹਰ ਖੇਤਰ 'ਚ ਧੱਕਾ ਹੋ ਰਿਹਾ, ਕੌਮ ਨੂੰ 2 ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ, ਕੌਮ ਨੂੰ ਇੱਕ ਤਰ੍ਹਾਂ ਜਿਹੜਾ ਅਸੀਂ ਗੱਲ ਕਰਦੇ ਹਾਂ ਗੁਲਾਮਾਂ ਵਾਲਾ ਵਤੀਰਾ ਜਿਹੜਾ ਉਹ ਸਹਿਣਾ ਪੈ ਰਿਹਾ ਇਸ ਦੇਸ਼ ਦੇ ਅੰਦਰ। ਅਤੇ ਉਹ ਕੌਮ ਨੇ ਇਸ ਦੇਸ਼ ਦੇ ਲਾਲ ਕਿਲੇ 'ਤੇ, ਇਸ ਦੇਸ਼ ਦੀ ਰਾਜਧਾਨੀ 'ਤੇ, ਮਤਲਬ ਕਿ ਇਸ ਦੇਸ਼ 'ਤੇ ਰਾਜ ਕੀਤਾ, ਆਪਣਾ ਝੰਡਾ ਜਿਹੜਾ ਉਹ ਲਹਿਰਾਇਆ। ਆਖਰ ਨੂੰ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਕਦੇ ਅਸੀਂ ਦਰਾ ਖੈਬਰ ਦੀ ਗੱਲ ਵੀ ਕਰਦੇ ਹਾਂ ਕਿ ਕਦੇ ਦਰਾ ਖੈਬਰ 'ਤੇ ਕੇਸਰੀ ਨਿਸ਼ਾਨ ਸਾਹਿਬ ਝੂਲਿਆ ਸੀ ਅਤੇ ਉਹ ਸਿਰਫ ਅਤੇ ਸਿਰਫ ਖਾਲਸਾ ਪੰਥ ਦਾ ਝੂਲਿਆ ਸੀ। ਹਾਂਜੀ, ਸੋ ਇਹ ਜਦੋਂ ਅਸੀਂ ਗੱਲਾਂ ਸਾਰੀਆਂ ਕਰਦੇ ਹਾਂ ਅਤੇ ਅੱਜ ਦਾ ਦਿਨ ਹੈ ਜਿਹੜਾ ਉਹ ਇੱਕ ਪਾਸੇ ਹੂਕ ਪਾਉਂਦਾ ਮਨ ਦੇ ਵਿੱਚ ਜੀ ਕਿ ਇਹ ਕੌਮ ਜਿਹਦਾ ਦਿੱਲੀ ਦੇ ਲਾਲ ਕਿਲੇ 'ਤੇ ਝੰਡਾ ਝੂਲਦਾ ਰਿਹਾ, ਨਿਸ਼ਾਨ ਝੂਲਦਾ ਰਿਹਾ, ਅਤੇ ਅੱਜ ਉਹ ਕੌਮ ਆ ਜਿਹੜੀ ਉਹ ਕਦੇ ਸਾਨੂੰ ਪਾਣੀਆਂ ਦੇ ਵੰਡ ਦੇ ਲਈ ਜੀ ਪੁਕਾਰ ਕਰਨੀ ਪੈਂਦੀ ਆ, ਦੁਹਾਈ ਦੇਣੀ ਪੈਂਦੀ ਆ, ਕਦੇ ਸਾਨੂੰ ਇਹ ਇਸ ਗੱਲ ਦੀ ਦੁਹਾਈ ਦੇਣੀ ਪੈਂਦੀ ਆ ਕਿ ਸਿੱਖ ਆ ਜਿਹੜੇ ਉਹ ਵੱਖਰੀ ਕੌਮ ਆ, ਕਦੇ ਸਾਨੂੰ ਇਸ ਗੱਲ ਦੀ ਦੁਹਾਈ ਦੇਣੀ ਪੈਂਦੀ ਹੈ ਕਿ 1984 'ਚ ਇਸ ਦੇਸ਼ ਦੀਆਂ ਸੜਕਾਂ 'ਤੇ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਹੋਇਆ ਸੀ, ਘੱਟੋ ਘੱਟ ਸਾਨੂੰ ਉਹਦਾ ਇਨਸਾਫ ਤਾਂ ਦੇ ਦਿਓ। ਸੋ ਇਹ ਜਿਹੜੀ ਪ੍ਰਸਥਿਤੀ ਆ ਜਿਹੜੀ ਅੱਜ ਦੀ, ਅਤੇ ਉਹ 11 ਮਾਰਚ 1783 ਨੂੰ ਜਦੋਂ ਸਿੰਘਾਂ ਨੇ ਦਿੱਲੀ ਦੇ ਲਾਲ ਕਿਲੇ 'ਤੇ ਝੰਡਾ ਲਹਿਰਾਇਆ ਹੋਊਗਾ, ਉਹਨਾਂ ਦੇ ਮਨਾਂ 'ਚ ਕਿਹੜਾ ਬਲਬਲਾ ਰਿਹਾ ਹੋਊਗਾ। ਸੋ ਅੱਜ ਦਾ ਦਿਨ ਇਹ ਉਸ ਦਿਨ ਨੂੰ ਅਤੇ ਅੱਜ ਦੇ ਦਿਨ ਨੂੰ, ਮਤਲਬ ਜਦੋਂ ਅਸੀਂ ਐਡਾ ਵੱਡਾ ਪਾੜਾ ਆ ਗਿਆ, ਜਿਹੜਾ ਐਡਾ ਵੱਡਾ ਫਰਕ ਆ ਗਿਆ ਕੌਮ ਕਿੱਥੋਂ ਤੋਂ ਕਿੱਥੇ ਆ ਗਈ, ਇਹਦੀ ਚਰਚਾ ਜਿਹੜੀ ਉਹ ਆਪਣੇ ਆਪ ਮੁਹਾਰੇ ਹੋ ਜਾਂਦੀ ਹੈ। ਜੱਸਾ ਸਿੰਘ ਆਲੂਵਾਲੇ ਨੇ ਬਤੌਰ ਪਾਤਸ਼ਾਹ ਦਿੱਲੀ ਦੇ ਤਖ਼ਤ 'ਤੇ ਬੈਠਣ ਤੋਂ ਇਨਕਾਰ ਕਰਕੇ ਆਖਿਰ ਕਿਹੜੀ ਨਵੀਂ ਪਿਰਤ ਪੈਦਾ ਕੀਤੀ ਸੀ?
ਦੇਖੋ ਬੀਬਾ, ਜਦੋਂ ਮਤਲਬ ਦਿੱਲੀ 'ਤੇ ਹਮਲਾ ਕੀਤਾ ਗਿਆ 8 मार्च 1783 ਨੂੰ, ਉਸ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਬਘੇਲ ਸਿੰਘ, ਇਹ 3 ਜਿਹੜੇ ਮੁੱਖ ਜਰਨੈਲ ਸੀ, ਵੱਖੋ ਵੱਖਰੇ ਮਿਸਲਾਂ ਦੇ ਸਰਦਾਰ ਸੀ, ਇਹਨਾਂ 3 ਜਰਨੈਲਾਂ ਨੇ ਮਿਲ ਕੇ ਦਿੱਲੀ 'ਤੇ ਹਮਲਾ ਕੀਤਾ। ਜਿਹੜਾ ਇਹਦੇ 'ਚ ਮੁੱਖ ਰੋਲ ਰਿਹਾ ਉਹ ਬਘੇਲ ਸਿੰਘ ਦਾ ਰਿਹਾ। ਸੋ ਬਘੇਲ ਸਿੰਘ ਜਿਹਦੇ ਕੋਲ ਉਸ ਵੇਲੇ ਕੋਈ 30,000 ਕਹਿੰਦਾ, ਕੋਈ 40,000 ਕਹਿੰਦਾ ਘੋੜ ਸਵਾਰ ਸੀ, ਅਤੇ ਜਦੋਂ ਹੁਣ ਅੱਜ ਵੀ ਉੱਥੇ 30,000 ਹੀ ਆ ਜਿਹੜੀ ਉਹ ਗੱਲ ਕੀਤੀ ਜਾਂਦੀ ਆ, ਉਹ ਇਸੇ ਕਰਕੇ ਹੀ ਆ ਕਿ ਬਘੇਲ ਸਿੰਘ ਸੀ ਜਿਹੜਾ 30,000 ਫੌਜ ਲੈ ਕੇ ਜਾ ਕੇ ਉਸ ਜਗ੍ਹਾ ਜਾ ਕੇ ਪੜਾਅ ਕੀਤਾ ਸੀ ਉਹਨੇ, ਅਤੇ ਅੱਜ ਉਹਨੂੰ 30,000 ਦੇ ਨਾਮ ਨਾਲ ਜਾਣਿਆ ਜਾਂਦਾ। ਉਸ ਤੋਂ ਬਾਅਦ ਬਘੇਲ ਸਿੰਘ ਨੇ ਜਿਸ ਤਰ੍ਹਾਂ ਮਤਲਬ ਜਿਹੜੀ ਉਹ ਪਹਾੜੀ ਅਤੇ ਰਾਜ ਸੀ ਉਹਦੇ 'ਤੇ ਹਮਲਾ ਬੋਲਿਆ, ਕਾਜੀ ਹੌਜ ਸੀ ਜਿਹੜਾ ਉਹਦੇ 'ਤੇ ਕਬਜ਼ਾ, ਅਜਮੇਰੀ ਗੇਟ ਰਾਹੀਂ ਦਾਖਲ ਹੋ ਕੇ ਕਾਜੀ ਹੌਜ 'ਤੇ ਹਮਲਾ ਕੀਤਾ। ਅਤੇ ਜਿਹੜੀ ਦਿੱਲੀ ਦਾ ਉਸ ਵੇਲੇ ਦਾ ਸ਼ਾਹ ਆਲਮ 2 ਸੀ, ਉਹ ਬੇਹੱਦ ਕਮਜ਼ੋਰ ਬਾਦਸ਼ਾਹ ਸੀ। ਜਦੋਂ ਸਿੰਘਾਂ ਨੇ ਦਿੱਲੀ 'ਤੇ ਕਬਜ਼ਾ ਕਰ ਲਿਆ, ਜਿਵੇਂ ਮੈਂ ਗੱਲ ਕੀਤੀ ਆ, ਪਹਾੜੀ 'ਤੇ ਰਾਜ 'ਤੇ ਹਮਲਾ ਹੋ ਗਿਆ, ਕਾਜੀ ਹੌਜ ਕਬਜ਼ੇ 'ਚ ਆ ਗਈ, ਅਜਮੇਰੀ ਗੇਟ 'ਤੇ ਅੰਦਰ ਐਂਟਰੀ ਹੋ ਗਈ, ਉਹ ਤੋਂ ਬਾਅਦ ਦਿੱਲੀ ਦੇ ਲੋਕ ਸੀ ਜਿਹੜੇ ਉਹ ਮਤਲਬ ਡਰ ਕੇ ਖੌਫ ਜ਼ਿਆਦਾ ਹੋ ਕੇ, ਕਿ ਸਿੰਘ ਸੀ ਜਿਹੜੇ ਉਹਨਾਂ ਨੇ ਦਿੱਲੀ ਦੇ, ਦਿੱਲੀ ਨੇ ਸਿੰਘਾਂ ਨਾਲ ਬਹੁਤ ਵੱਡੇ ਜ਼ੁਲਮ ਕੀਤੇ ਸੀ, ਉਹਨਾਂ ਨੂੰ ਵੀ ਕਿ ਅੱਜ ਆਪਣਾ ਇਹ ਬਦਲਾ ਜਿਹੜਾ ਉਹ ਲੈਣ ਲਈ ਸਿੰਘ ਦਿੱਲੀ 'ਚ ਆ ਗਏ ਨੇ। ਸੋ ਸਮੁੱਚਾ ਦਿੱਲੀ ਸੀ ਜਿਹੜਾ ਉਹ ਉਹਨੇ ਜਾ ਕੇ ਲਾਲ ਕਿਲੇ 'ਚ ਸ਼ਰਨ ਲੈ ਲਈ ਸੀ, ਅਤੇ ਸ਼ਾਹ ਆਲਮ 2 ਸੀ ਜਿਹੜਾ ਉਹਨੇ ਜਿਹੜੀ ਮਤਲਬ ਉਸ ਵੇਲੇ ਜਿਹੜੀ ਸਿੱਖਾਂ ਦੀ ਅਧੀਨਗੀ ਸੀ ਜਿਹੜੀ ਉਹ ਉਹਨੇ ਕਬੂਲ ਕਰ ਲਈ, ਅਤੇ ਉਹਨੇ ਮਤਲਬ ਜਿਹੜੀ ਆਪਣੀ ਭੈਣ ਸੀ ਉਹਨੂੰ ਬੁਲਾਇਆ ਕਿ ਇਹਦੇ ਵਿੱਚ ਆ ਕੇ ਸਾਡੇ ਸਮਝੌਤਾ ਕਰਾ ਦੇ, ਕਿਉਂਕਿ ਉਹਦਾ ਵੀ ਸਿੱਖਾਂ ਦੇ ਨਾਲ ਬੜਾ ਨੇੜਲਾ ਸੰਬੰਧ ਸੀ, ਖਾਸ ਕਰਕੇ ਬਘੇਲ ਸਿੰਘ ਦੇ ਨਾਲ। ਜਦੋਂ ਸਿੱਖਾਂ ਨੇ ਮਤਲਬ ਦਿੱਲੀ ਦੇ ਲਾਲ ਕਿਲੇ 'ਤੇ ਹਮਲਾ ਕਰਕੇ ਉਹਨੂੰ ਜਿੱਤ ਲਿਆ ਅਤੇ ਉਹਦੇ 'ਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਤਾ, ਅਤੇ ਸਿੱਖਾਂ ਨੇ ਜਿਹੜਾ ਉਸ ਵੇਲੇ ਦਾ ਜਰਨੈਲ ਸੀ ਜੱਸਾ ਸਿੰਘ ਆਹਲੂਵਾਲੀਆ, ਉਹਨੂੰ ਕਿਹਾ ਕਿ ਜਿਹੜਾ ਉਹ ਬਾਦਸ਼ਾਹ ਦੀ ਤਖ਼ਤ ਹੈ, ਦਿੱਲੀ ਦਾ ਜਿਹੜਾ ਬਾਦਸ਼ਾਹ ਜਿਹੜੀ ਤਖ਼ਤ 'ਤੇ ਬੈਠਦਾ ਸੀ, ਉਹਨੂੰ ਕਿਹਾ ਗਿਆ ਕਿ ਤੁਸੀਂ ਇਸ ਤਖ਼ਤ 'ਤੇ ਬਤੌਰ ਕੌਮ ਦੇ ਬਾਦਸ਼ਾਹ ਬੈਠੋ। ਭਾਵੇਂ ਕਿ ਜੱਸਾ ਸਿੰਘ ਰਾਮਗੜੀਆ ਨੇ ਇਸ ਗੱਲ ਦਾ ਵਿਰੋਧ ਕੀਤਾ, ਪਰੰਤੂ ਮੁੱਖ ਰੂਪ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਏ ਨੇ ਜਿਹੜੀ ਉਸ ਵੇਲੇ ਗੱਲ ਕੀਤੀ ਕਿ ਸਿੱਖ ਕੌਮ ਆ ਜਿਹੜੀ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਰਾਹ ਦੱਸਿਆ ਉਹਦੇ ਵਿੱਚ ਬਾਦਸ਼ਾਹੀ ਆ ਜਿਹੜੀ ਉਹ ਕਿੱਥੇ ਨਹੀਂ ਆਉਂਦੀ, ਸਿੱਖੀ ਦੇ ਵਿੱਚ ਬਾਦਸ਼ਾਹੀ ਆ ਜਿਹੜੀ ਉਹ ਕਿਧਰੇ ਨਹੀਂ ਆਉਂਦੀ, ਇਸ ਕਰਕੇ ਮੈਂ ਮਤਲਬ ਬਤੌਰ ਬਾਦਸ਼ਾਹ ਇਸ ਤਖ਼ਤ 'ਤੇ ਨਹੀਂ ਬੈਠੂੰਗਾ, ਉਹਨੇ ਠੋਕਰ ਮਾਰਤੀ ਸੀ। ਸੋ ਉਹ ਪਿਰਤ ਜਿਹੜੀ ਜਿਵੇਂ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਦੀ ਬਖਸ਼ਿਸ਼ ਕੀਤੀ ਗਈ, ਉਹਨੇ ਉਹਨੂੰ ਵੀ ਠੋਕਰ ਮਾਰੀ ਕਿ ਮੈਂ ਨਹੀਂ ਨਵਾਬ ਬਣਦਾ, ਅਤੇ ਆਖਰ ਨੂੰ ਇਹ ਸ਼ਰਤ 'ਤੇ ਉਹਨੇ ਨਵਾਬੀ ਕਬੂਲੀ ਕਿ ਮੈਂ ਇਹਨੂੰ ਜਿਹੜੀ ਸੇਵਾ ਦਿੱਤੀ ਆ ਘੋੜਿਆਂ ਦੀ ਲਿੱਤ ਚੱਕਣ ਦੀ, ਮੈਂ ਇਹ ਨਹੀਂ ਛੱਡਣੀ। ਸੋ ਇਹ ਜਿਹੜੀ ਕੌਮ ਦੇ ਵਿੱਚ ਇੱਕ ਹੈ ਕਿ ਕੌਮ ਦੇ ਲਈ ਚੌਧਰ ਆ, ਜਿਹੜੀ ਕੌਮ ਦੇ ਆਗੂਆਂ ਲਈ ਜਿਹੜੀ ਚੌਧਰ ਆ ਬਾਦਸ਼ਾਹਤ ਆ, ਇਹ ਕੋਈ ਅਰਥ ਨਹੀਂ, ਨਵਾਬੀ ਕੋਈ ਅਰਥ ਨਹੀਂ ਸੀ ਰੱਖਦੀ ਉਸ ਵੇਲੇ, ਉਹਨਾਂ ਦੇ ਮਨਾਂ 'ਚ ਕੌਮ ਦੀ ਸੇਵਾ ਦਾ ਜਜ਼ਬਾ ਸੀ। ਸੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਕਿੱਥੇ ਦਿੱਲੀ ਦੇ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਵਾਲੀ ਕੌਮ, ਅਤੇ ਕਿੱਥੇ ਅੱਜ ਆਪਣੇ ਪਾਣੀਆਂ ਦੀ ਰਾਖੀ ਨਹੀਂ ਅਸੀਂ ਕਰ ਸਕਦੇ, ਅਸੀਂ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਨਹੀਂ ਕਰ ਸਕਦੇ, ਅਸੀਂ ਆਪਣੇ ਗੁਰੂ ਦੀ ਰਾਖੀ ਨਹੀਂ ਕਰ ਸਕਦੇ। ਸੋ ਕਿੱਥੇ ਇਹ ਆ ਗਿਆ ਕਿ ਅੱਜ ਇੱਕ ਨਿੱਕੇ ਨਿੱਕੇ ਛੋਟੇ ਛੋਟੇ ਅਹੁਦੇ ਲਈ, ਛੋਟੀ ਛੋਟੀ ਚੌਧਰ ਦੇ ਲਈ ਅਸੀਂ ਮਤਲਬ ਕੀ ਕੁਛ ਕਰ ਰਹੇ ਹਾਂ, ਕਿੰਨੀ ਚਾਪਲੂਸੀ ਕੀਤੀ ਜਾਂਦੀ ਹੈ, ਕੀ ਕੁਛ ਕੀਤਾ ਜਾਂਦਾ, ਕਿੱਥੇ ਕੌਮ ਦੇ ਉਹ ਜਰਨੈਲਸ, ਕੌਮ ਦੇ ਉਹ ਆਗੂ ਜਿਨ੍ਹਾਂ ਨੇ ਬਾਦਸ਼ਾਹੀਆਂ ਨੂੰ ਵੀ ਠੋਕਰਾਂ ਮਾਰਤੀਆਂ ਕਿ ਸਾਨੂੰ ਨਹੀਂ ਚਾਹੀਦੀ। ਸੋ ਇਹ ਜਿਹੜਾ ਅੱਜ ਜਿਹੜੇ ਮੈਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਦੇ ਦਿਨ ਦਾ ਇੱਕ ਬਹੁਤ ਵੱਡਾ ਸੁਨੇਹਾ ਕਿ ਕੌਮ ਆ ਜਿਹੜੀ ਸਿੱਖ ਕੌਮ ਆ ਜਿਹੜੀ ਇਹ ਇਹ ਇਹਦੇ ਲਈ ਬਾਦਸ਼ਾਹੀਆਂ ਨੇ, ਇਹਦੇ ਲਈ ਨਵਾਬੀਆਂ ਨੇ, ਇਹਦੇ ਲਈ ਚੌਧਰਾਂ ਨੇ ਜਿਹੜੀਆਂ ਉਹ ਕੋਈ ਅਰਥ ਨਹੀਂ ਰੱਖਦੀਆਂ। ਇਹਦੇ ਲਈ ਸਭ ਤੋਂ ਮਹਾਨ ਜਿਹੜੀ ਗੱਲ ਹੈ ਸਿੱਖੀ ਦੇ ਵਿੱਚ ਉਹ ਸੇਵਾ ਹੈ। ਸਰਦਾਰ ਬਘੇਲ ਸਿੰਘ ਵੱਲੋਂ ਬੇਗਮ ਸਮਰੂ ਦੇ ਕਹਿੰਦਿਆਂ ਜਿਹੜੇ ਸਮਝੌਤੇ ਕੀਤੇ ਗਏ, ਆਖਿਰ ਉਹਨਾਂ ਸਮਝੌਤਿਆਂ ਦਾ ਦੂਰਗਾਮੀ ਕੀ ਪ੍ਰਭਾਵ ਰਿਹਾ? ਦੇਖੋ ਬੀਬਾ, ਇੱਕ ਤਾਂ ਇਹ ਆ ਕਿ ਰਾਜਨੀਤੀ ਹੈ ਜਿਹੜੀ, ਅਤੇ ਦੂਸਰੇ ਪਾਸੇ ਜਿਹੜੇ ਸਾਡੇ ਮਤਲਬ ਉੱਚੇ ਸੁੱਚਾ ਆਚਰਣ ਹੈ ਜਿਹੜਾ, ਇਹ ਦੋਨੇ ਜਿਹੜੀਆਂ ਵੱਖੋ ਵੱਖਰੀਆਂ ਚੀਜ਼ਾਂ ਨੇ। ਉਸ ਵੇਲੇ ਦਿੱਲੀ ਦੇ ਤਖ਼ਤ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ, ਹਾਂਜੀ, ਪਰੰਤੂ
ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਉਹ ਸ਼ਾਹ ਆਲਮ ਸੀ ਉਹ ਪੂਰੀ ਤਰ੍ਹਾਂ ਮਤਲਬ ਉਹਨੇ ਅਧੀਨਗੀ ਕਬੂਲ ਕਰ ਲਈ ਅਤੇ ਉਹਨੇ ਬੇਗਮ ਸਬਰੂ ਨੂੰ ਬੁਲਾਇਆ ਅਤੇ ਆ ਕੇ ਵੀ ਮੇਰਾ ਸਿੱਖਾਂ ਦੇ ਨਾਲ ਸਮਝੌਤਾ ਕਰ ਦੇ। ਸੋ ਬੇਗਮ ਸਬਰੂ ਜਿਹਨੂੰ ਬਘੇਲ ਸਿੰਘ ਆਪਣੀ ਭੈਣ ਮੰਨਦਾ ਸੀ, ਉਹਦੇ ਆਉਣ ਤੋਂ ਬਾਅਦ ਸਿੱਖਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਇੱਕ ਤਾਂ ਸ਼ਾਹ ਆਲਮ ਆ ਜਿਹੜਾ ਉਹਨੂੰ ਜਿਉਂਦਾ ਰੱਖਿਆ, ਦੂਸਰਾ ਜਿਹੜਾ ਸ਼ਾਹ ਆਲਮ ਸੀ ਉਹਦੀ ਜਿਹੜੀ ਬਾਦਸ਼ਾਹਤ ਸੀ ਉਹ ਨਹੀਂ ਹੋਈ। ਸਮਝੌਤੇ ਦੇ ਮੁਤਾਬਕ ਜਿਹੜਾ ਬਘੇਲ ਸਿੰਘ ਨੇ ਮਤਲਬ ਕਿਹਾ ਕਿ ਦਿੱਲੀ ਦੀ ਰਾਖੀ ਦਾ ਜੁੰਮਾ ਸੀ ਉਹ ਲੈ ਲਿਆ। ਜਿਵੇਂ ਆਪਾਂ ਇਸ ਤੋਂ ਪਹਿਲਾਂ ਵੀ ਇੱਕ ਦਿਨ ਇਸ ਮੁੱਦੇ 'ਤੇ ਗੱਲ ਕੀਤੀ ਸੀ ਕਿ ਸਿੱਖ ਉਹਨਾਂ ਨੂੰ ਮਤਲਬ ਇਸ ਦੇਸ਼ 'ਚ ਰਾਖੀ ਦਾ ਜੁੰਮਾ ਦਿੱਤਾ ਜਾਂਦਾ ਰਿਹਾ। ਦਿੱਲੀ ਨੇ ਵੀ ਆਪਣੀ ਰਾਖੀ ਦਾ ਜੁੰਮਾ ਸਿੱਖਾਂ ਨੂੰ ਕਦੇ ਦਿੱਤਾ। ਸੋ ਇਹ 1783 ਦੀ ਘਟਨਾ, 13 ਮਾਰਚ ਨੂੰ ਇਹ ਸਮਝੌਤਾ ਬੇਗਮ ਸਮਰੂ ਨੇ ਬੈਠ ਕੇ ਕਰਵਾਇਆ ਕਿ ਬਘੇਲ ਸਿੰਘ ਆ ਜਿਹੜਾ ਉਹ ਦਿੱਲੀ ਦੀ ਰਾਖੀ ਦਾ ਜੁੰਮਾ ਲਊਗਾ, ਉਹਦੇ ਬਦਲੇ 'ਚ ਜਿੰਨੀ ਮਤਲਬ ਉਸ ਵੇਲੇ ਦਿੱਲੀ ਦੀ ਚੁੰਗੀ ਸੀ ਜਿੰਨਾ ਟੈਕਸ ਉਗਰਾਇਆ ਜਾਂਦਾ ਸੀ ਉਹਦਾ ਤੀਜਾ ਹਿੱਸਾ ਬਘੇਲ ਸਿੰਘ ਆ ਜਿਹੜਾ ਉਹਨੂੰ ਮਿਲੂਗਾ। ਅਤੇ ਦੂਸਰਾ ਇਹ ਸੀ ਕਿ ਜਿਹੜਾ ਚਾਂਦਨੀ ਚੌਂਕ ਦਾ ਇਲਾਕਾ ਹੈ ਜਿਹੜਾ ਉੱਥੇ ਉਹਦਾ ਡੇਰਾ ਪ੍ਰਵਾਨ ਕੀਤਾ ਗਿਆ ਕਿ ਉੱਥੇ ਉਹ ਆਪਦਾ ਡੇਰਾ ਲਾ ਕੇ ਰਹੂਗਾ, ਉੱਥੇ ਮਤਲਬ ਆਪਦਾ ਸਥਾਨ ਬਣਾ ਕੇ ਰਹੂਗਾ ਅਤੇ ਦਿੱਲੀ ਦੀ ਰਾਖੀ ਦਾ ਜੁੰਮਾ। ਅਤੇ ਉਸ ਤੋਂ ਬਾਅਦ 7 ਜਿਹੜੇ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਧਾਰਮਿਕ ਅਸਥਾਨ ਸੀ ਉੱਥੇ, ਚਾਹੇ ਚਾਂਦਨੀ ਚੌਂਕ ਦਾ, ਚਾਹੇ ਰਖਾਓਗੰਜ ਆ, ਚਾਹੇ ਬੰਗਲਾ ਸਾਹਿਬ ਹੈ, ਸੋ ਇਸ ਜਿਹੜੇ 7 ਧਾਰਮਿਕ ਅਸਥਾਨ ਸੀ ਉਸ ਵੇਲੇ ਦੇ ਜਿੱਥੇ ਜਿੱਥੇ ਗੁਰੂ ਸਾਹਿਬਾਨ ਦੇ ਨੇ ਆਪਣੇ ਚਰਨ ਕਮਲ ਪਾਏ ਜਾਂ ਜਿਹੜੇ ਗੁਰੂ ਸਾਹਿਬਾਨ ਨਾਲ ਇਤਿਹਾਸਕ ਅਸਥਾਨ ਸੀ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਆ ਜਿਹੜੀ ਉਹ ਜਥੇਦਾਰ ਬਘੇਲ ਸਿੰਘ ਨੇ ਕਰਵਾਈ। ਸੋ ਜੇ ਉਸ ਵੇਲੇ ਮਤਲਬ ਜਥੇਦਾਰ ਬਘੇਲ ਸਿੰਘ ਨੇ ਕੌਮ ਦਾ ਇੱਕ ਕਰੈਕਟਰ ਦਿਖਾਇਆ ਕਿ ਉਸ ਵਿਅਕਤੀ ਨੇ ਜਿਸ ਔਰਤ ਨੂੰ ਆਪਣੀ ਭੈਣ ਕਿਹਾ, ਉਸ ਭੈਣ ਦੇ ਕਹਿਣ 'ਤੇ ਦਿੱਲੀ ਦਾ ਤਖ਼ਤ ਤਿਆਗਤਾ। ਸੋ ਇਸ ਤੋਂ ਮਤਲਬ ਇੱਕ ਕਿਰਦਾਰ ਚਰਿੱਤਰ ਦੀ ਵੱਡੀ ਮਤਲਬ ਅਸੀਂ ਪਕੀਜ਼ਗੀ ਆ ਜਿਹੜੀ ਉੱਚਤਾ ਸੁੱਚਤਾ ਹੋਰ ਕੀ ਹੋ ਸਕਦੀ ਆ ਕਿ ਇੱਕ ਔਰਤ ਜਿਸ ਨੂੰ ਉਹਨੇ ਮੂੰਹ ਭੈਣ ਕਹਿਤਾ ਸੀ ਕਿ ਮੈਂ ਤੈਨੂੰ ਭੈਣ ਆਪਣੀ ਪ੍ਰਵਾਨ ਕੀਤਾ, ਅਤੇ ਫਿਰ ਭੈਣ ਦੇ ਕਹੇ ਤੋਂ ਦਿੱਲੀ ਦਾ ਤਖ਼ਤ ਆ ਜਿਹੜਾ ਉਹਦਾ ਤਿਆਗ ਕਰਤਾ ਕਿ ਨਹੀਂ ਸਾਨੂੰ ਲੋੜ ਨਹੀਂ ਦਿੱਲੀ ਦੇ ਤਖ਼ਤ ਦੀ, ਜੇ ਤੂੰ ਕਹਿੰਦੀ ਹੈ ਅਸੀਂ ਛੱਡਦਾ। ਸੋ ਇਹ ਕੌਮ ਦਾ ਕਿੱਡਾ ਵੱਡਾ ਮਹਾਨ ਚਰਿੱਤਰ ਆ, ਅਤੇ ਅੱਜ ਜਿਹੜੀ ਜਦੋਂ ਅਸੀਂ ਇਸ ਚਰਿੱਤਰ ਦੀ ਗੱਲ ਕਰਦੇ ਹਾਂ ਜੇ ਅਸੀਂ ਦੁਨੀਆਂ 'ਚ ਇਸ ਕੀਤੇ ਸ਼ਾਇਦ ਦੁਨੀਆਂ ਮੂੰਹ ਚੁੰਗਲਾ ਪਾਊਗੀ ਕਿ ਇਹ ਕੁਛ ਇਹ ਵੀ ਸੰਭਵ ਹੈ। ਅਤੇ ਦੂਸਰੀ ਗੱਲ ਜਿਹੜੀ ਆਪਾਂ ਵਾਰ ਵਾਰ ਕਰਦੇ ਹਾਂ ਕਿ ਕਦੇ ਸਿੱਖਾਂ ਨੂੰ ਦਿੱਲੀ ਦੀ ਰਾਖੀ ਦਾ ਜੁੰਮਾ, ਕਦੇ ਸਿੱਖ ਦਿੱਲੀ ਦੇ ਹਾਕਮ ਵੀ ਬਣੇ ਆ, ਕਦੇ ਸਿੱਖਾਂ ਨੂੰ ਦਿੱਲੀ ਦੀ ਰਾਖੀ ਦਾ ਜੁੰਮਾ ਵੀ ਮਿਲਿਆ, ਅਤੇ ਕਦੇ ਸਿੱਖਾਂ ਦਾ ਦਿੱਲੀ 'ਚ ਵਹਿਸ਼ੀਆਂ ਨਾਲ ਕਤਲੇਆਮ ਵੀ ਹੋਇਆ। ਸਰਦਾਰ ਬਘੇਲ ਸਿੰਘ ਨੇ ਦਿੱਲੀ 'ਚ ਰਹਿੰਦੇ ਆ ਕੁੱਲ ਕਿੰਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ, ਅਤੇ ਉਸ ਤੋਂ ਬਾਅਦ ਦਿੱਲੀ ਅਤੇ ਸਿੱਖਾਂ ਦੇ ਰਿਸ਼ਤੇ ਦੇ ਵਿੱਚ ਕੀ ਅੰਤਰ ਆਇਆ? ਦੇਖੋ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਰਦਾਰ ਬਘੇਲ ਸਿੰਘ ਨੇ 7 ਜਿਹੜੇ ਗੁਰਦੁਆਰਾ ਸਾਹਿਬਾਨ ਸੀ, ਜਿਹੜੇ ਇਤਿਹਾਸਿਕ ਸਥਾਨ ਸੀ, ਜਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸੀ, ਚਾਹੇ 9ਵੇਂ ਪਾਤਸ਼ਾਹ ਨਾਲ ਅਤੇ ਚਾਹੇ ਉਹ 8ਵੇਂ ਪਾਤਸ਼ਾਹ ਨਾਲ, ਉਹਨਾਂ ਗੁਰੂ ਘਰਾਂ ਦੀ ਜਿਹੜੀ ਸੇਵਾ, ਉਹ ਇਮਾਰਤਾਂ ਦੀ ਉਸਾਰੀ ਆ ਜਿਹੜੀ ਉਹ ਉਹਨਾਂ ਨੇ ਉਸ ਵੇਲੇ ਕਰਾਈ। ਅਤੇ ਉਸ ਤੋਂ ਬਾਅਦ ਦਿੱਲੀ ਦੇ ਨਾਲ ਇੱਕ ਸਿੱਖਾਂ ਦੀ ਧਾਰਮਿਕ ਆਸਥਾ ਹੈ ਜਿਹੜੀ, ਉਸ ਤੋਂ ਪਹਿਲਾਂ ਦਿੱਲੀ ਸਾਡੇ ਲਈ ਜਬਰ ਜ਼ੋਰ ਜ਼ੁਲਮ ਉਹ ਹਾਕਮ ਸਾਨੂੰ ਦਿੱਲੀ 'ਚ ਦਿਖਾਈ ਦਿੰਦੇ ਸੀ, ਉਹਨਾਂ ਦੀ ਤਸਵੀਰ ਦਾ ਅਸੀਂ ਤਸੱਬਰ ਕਰਦੇ ਸੀ ਕਿ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਦਾ ਯਤਨ ਕੀਤਾ। ਸੋ ਜਦੋਂ ਉੱਥੇ ਮਤਲਬ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਸਥਾਪਿਤ ਹੋ ਗਿਆ, ਬੰਗਲਾ ਸਾਹਿਬ ਸਥਾਪਿਤ ਹੋ ਗਿਆ, ਰਕਾਬਗੰਜ ਸਾਹਿਬ ਸਥਾਪਿਤ, ਫਿਰ ਸਾਡੀ ਜਿਹੜੀ ਮਤਲਬ ਆਸਥਾ ਸੀ, ਸਾਡੀ ਸ਼ਰਧਾ ਸੀ ਜਿਹੜੀ, ਉਹ ਉਹਨਾਂ ਗੁਰੂ ਘਰਾਂ ਦੇ ਨਾਲ ਜੁੜੀ। ਮਤਲਬ ਦਿੱਲੀ ਦੇ ਨਾਲ ਇੱਕ ਪਾਸੇ ਜਿਹੜਾ ਸਾਡਾ ਨਫ਼ਰਤ ਦਾ ਰਿਸ਼ਤਾ ਸੀ, ਉਹ ਦੂਸਰੇ ਪਾਸੇ ਸ਼ਰਧਾ ਦਾ ਰਿਸ਼ਤਾ ਵੀ ਇੱਕ ਜੁੜਿਆ। ਸੋ ਇੱਕ ਬਹੁਤ ਵੱਡਾ, ਉਸ ਤੋਂ ਬਾਅਦ ਇੱਕ ਦਿੱਲੀ ਦੇ ਨਾਲ ਰਿਸ਼ਤੇ ਦੇ ਵਿੱਚ ਕੌਮ ਦਾ ਇੱਕ ਫਰਕ ਆਇਆ, ਉਹ ਅੱਜ ਵੀ ਆ ਕਿ ਅੱਜ ਮਤਲਬ ਜੇ ਅਸੀਂ ਦਿੱਲੀ ਨੂੰ ਯਾਦ ਕਰਦੇ ਹਾਂ, ਜੇ ਇੱਕ ਪਾਸੇ ਸਾਨੂੰ ਉਹ ਜ਼ਾਲਮਾਂ ਦੀ ਦਿੱਲੀ ਦਿਖਾਈ ਦਿੰਦੀ ਆ, ਤਾਂ ਸਾਨੂੰ ਉੱਥੇ 8ਵੇਂ ਪਾਤਸ਼ਾਹ ਵੀ ਦਿਖਾਈ ਦਿੰਦੇ ਨੇ, ਸਾਨੂੰ ਉੱਥੇ 9ਵੇਂ ਪਾਤਸ਼ਾਹ ਵੀ ਦਿਖਾਈ ਦਿੰਦੇ ਨੇ। ਸੋ ਇਹ ਇੱਕ ਜਿਹੜਾ ਇਹ ਗੁਰੂ ਘਰਾਂ ਦੀ ਉਸਾਰੀ ਤੋਂ ਬਾਅਦ ਇੱਕ ਵੱਡਾ ਮਤਲਬ ਸਾਡੀ ਦਿੱਲੀ ਨਾਲ ਜਿਹੜਾ ਸਾਡਾ ਲਗਾਓ ਆ, ਉਹਦੇ 'ਚ ਇੱਕ ਬਹੁਤ ਵੱਡਾ ਅੰਤਰ ਆ ਜਿਹੜਾ ਉਹ ਆਇਆ। ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਬਾਰੇ ਇੱਕ ਟਿੱਪਣੀ ਕੀਤੀ ਸੀ ਕਿ ਇਹਨਾਂ 'ਚੋਂ ਹਕੂਮਤ ਦੀ ਬੂ ਆਉਂਦੀ ਹੈ, ਅੱਜ ਦੇ ਦਿਨ ਦਾ ਉਸ ਟਿੱਪਣੀ ਦੇ ਨਾਲ ਕੀ ਸੰਬੰਧ ਹੈ?
ਦੇਖੋ ਮੈਂ ਗੱਲ ਜਿੱਥੇ ਆਪਾਂ ਸ਼ੁਰੂ ਕੀਤੀ ਸੀ ਕਿ ਜਿਹੜਾ ਕੌਮ ਦਾ ਚਰਿੱਤਰ ਜਾਂ ਕੌਮ ਦਾ ਕਿਰਦਾਰ ਹੈ ਉਹ ਉਸ ਵੇਲੇ ਦਾ ਸੀ ਜਿਹੜਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸਿੰਘ ਲੋਹਾ ਲੈਂਦੇ ਸੀ ਜੀ ਉਸ ਵੇਲੇ ਦਾ ਜਿਹੜਾ ਸਿੰਘਾਂ ਦਾ ਕਿਰਦਾਰ ਸੀ ਉਹਦੇ ਵਿੱਚੋਂ ਜਿਹੜੀ ਗੱਲ ਅਹਿਮਦ ਸ਼ਾਹ ਅਬਦਾਲੀ ਨੇ ਜਾਂ ਜਿਹਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਿਹਾ ਜਾਂਦਾ ਉਹਨੇ ਮਤਲਬ ਇਹ ਬੜਾ ਸਾਫ਼ ਅਤੇ ਸਪਸ਼ਟ ਕਹਿਤਾ ਸੀ ਕਿ ਇਸ ਦੇਸ਼ 'ਤੇ ਸਿੱਖ ਰਾਜ ਕਰਨਗੇ ਹੀ ਕਰਨਗੇ ਮੈਨੂੰ ਇਹਨਾਂ ਦੇ ਵਿੱਚੋਂ ਹਕੂਮਤ ਦੀ ਬੋ ਆਉਂਦੀ ਆ ਉਹ ਉਹਨੇ ਕਦੋਂ ਕਿਹਾ ਵੱਡਾ ਘੱਲੂਘਾਰਾ ਹੋਇਆ ਕੋਪਕਰਹੀੜੇ ਦੇ ਮੈਦਾਨ ਦੇ ਵਿੱਚ ਅੱਧੀ ਕੌਮ ਸੀ ਜਿਹੜੀ ਇੱਕੋ ਦਿਨ ਸ਼ਹੀਦ ਹੋ ਗਈ ਜੀ ਬਾਕੀ ਜਿਹੜੀ ਕੌਮ ਸੀ ਉਹਦੇ ਵਿੱਚ ਮਤਲਬ ਬਹੁਤੀ ਜ਼ਖਮੀ ਸੀ ਜਾਂ ਬੱਚੇ ਸੀ ਜਾਂ ਔਰਤਾਂ ਸੀ ਜਾਂ ਬਜ਼ੁਰਗ ਸੀ ਪਰੰਤੂ ਠੀਕ 4 ਮਹੀਨੇ ਬਾਅਦ ਜੀ ਅੱਧੀ ਕੌਮ ਸ਼ਹੀਦ ਹੋ ਗਈ ਠੀਕ 4 ਮਹੀਨੇ ਬਾਅਦ ਉਹੀ ਕੌਮ ਜਾ ਕੇ ਸਰਹੰਦ 'ਤੇ ਕਬਜ਼ਾ ਕਰਦੀ ਹੈ ਹਾਂਜੀ ਠੀਕ 9 ਮਹੀਨੇ ਬਾਅਦ ਉਹੀ ਕੌਮ ਅਹਿਮਦ ਸ਼ਾਹ ਅਬਦਾਲੀ ਨੂੰ ਜਿਹਨੇ ਅੱਧੀ ਕੌਮ ਸ਼ਹੀਦ ਕੀਤੀ ਸੀ ਜਾ ਕੇ ਅੰਮ੍ਰਿਤਸਰ ਦੇ ਨੇੜੇ ਘੇਰ ਲੈਂਦੀ ਆ ਜੀ ਸੋ ਸਿੱਖਾਂ ਦਾ ਜਿਹੜਾ ਇਹ ਕਿਰਦਾਰ ਸੀ ਸਿੱਖਾਂ ਦੀ ਇਹ ਬਹਾਦਰੀ ਸੀ ਸਿੱਖਾਂ ਦਾ ਇਹ ਜਜ਼ਬਾ ਸੀ ਸਿੱਖਾਂ ਦੀ ਇਹ ਦ੍ਰਿੜਤਾ ਸੀ ਜਿਹੜੀ ਉਹ ਉਹਦੇ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਸ ਕੌਮ ਨੂੰ ਦੁਨੀਆ ਦੀ ਕੋਈ ਵੀ ਤਾਕਤ ਹਕੂਮਤ ਕਰਨ ਤੋਂ ਰੋਕ ਨਹੀਂ ਸਕਦੀ ਜੀ ਸੋ ਇਸ ਕਾਰਨ ਉਹਨੇ ਇਹ ਟਿੱਪਣੀ ਕੀਤੀ ਅਤੇ ਉਹਦੀ ਉਹ ਟਿੱਪਣੀ ਸੀ ਜਿਹੜੀ ਉਹ 1783 'ਚ ਉਸ ਵੇਲੇ ਜਦੋਂ ਸਿੰਘਾਂ ਨੇ ਜਾ ਕੇ ਲਾਲ ਕਿਲੇ ਦੇ ਝੰਡਾ ਲਹਿਰਾ ਤਾ ਉਹਦੀ ਉਹ ਟਿੱਪਣੀ ਪੂਰੀ ਹੋਈ ਭਾਵੇਂ ਕਿ ਚਲੋ ਉਸ ਤੋਂ ਬਾਅਦ ਮਿਸਲਾਂ ਸੀ ਜਿਹੜੀਆਂ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ ਅਹਿਮਦ ਸ਼ਾਹ ਦੀ ਅਬਦਾਲੀ ਦੀ ਜਿਹੜੀ ਉਹ ਮਤਲਬ ਭਵਿੱਖਬਾਣੀ ਸੀ ਉਹ ਸੱਚੀ ਹੋਈ ਪਰੰਤੂ ਹੁਣ ਗੱਲ ਜਿਹੜੀ ਅਸੀਂ ਕਰਦੇ ਹਾਂ ਕਿ ਅਸੀਂ ਜਦੋਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਵਰਤਮਾਨ ਨਾਲ ਜੋੜਦੇ ਹਾਂ ਕਿ ਅੱਜ ਜਦੋਂ ਕੌਮ ਇੰਨੀ ਨਿਮਾਣੀ ਨਿਤਾਣੀ ਹੋ ਗਈ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਨਾ ਉਹ ਆਪਣੇ ਗੁਰੂ ਦੀ ਰਾਖੀ ਜੋਗੀ ਰਹੀ ਹੈ ਨਾ ਉਹ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਜੋਗੀ ਰਹੀ ਹੈ ਨਾ ਉਹ ਆਪਣੀਆਂ ਸਿੱਖ ਸੰਸਥਾਵਾਂ ਨੇ ਜਿਨ੍ਹਾਂ 'ਤੇ ਸਿੱਖੀ ਦੀ ਬੁਨਿਆਦ ਖੜੀ ਆ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਆ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਅਤੇ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਨਾ ਉਹਨਾਂ ਦੀ ਰਾਖੀ ਜੋਗੀ ਰਹੀ ਹੈ ਅਤੇ ਆਖਰ ਨੂੰ ਇਹ ਫਰਕ ਕਿਉਂ ਆ ਗਿਆ ਜੀ ਸੋ ਇਹ ਜਿਹੜੀ ਉਹ ਉੱਥੇ ਆ ਗਈ ਗੱਲ ਕਿ ਜਿਹੜਾ ਸਾਡੇ ਪੁਰਾਤਨ ਸਿੰਘਾਂ ਦਾ ਕਿਰਦਾਰ ਅਤੇ ਅੱਜ ਦੇ ਸਿੰਘਾਂ ਦਾ ਕਿਰਦਾਰ ਜਿਹੜੀ ਗੱਲ ਆ ਕਿ ਉਸ ਵੇਲੇ ਦੇ ਸਿੰਘ ਸੀ ਜਿਹੜੇ ਉਹ ਬਾਦਸ਼ਾਹੀ ਨੂੰ ਵੀ ਠੋਕਰ ਮਾਰ ਦਿੰਦੇ ਸੀ ਅਤੇ ਅੱਜ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਲਈ ਇੱਕ ਨਿੱਕੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਲਈ ਇੱਕ 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 ਨਿੱਕੀ ਜੀ ਚੌਧਰ ਦਾ ਤੁਸੀਂ ਉਹਨਾਂ ਨੂੰ ਲੋਲੀਪੋਪ ਦਿਖਾ ਦਿਓ ਅਤੇ ਉਹਨਾਂ ਤੋਂ ਸਾਰਾ ਖਤਮ ਹੈ ਕੰਮ ਜੀ ਸੋ ਇਹ ਜਿਹੜਾ ਸਿੰਘਾਂ ਦੇ ਵਿੱਚ ਕਿਰਦਾਰ ਦੇ ਵਿੱਚ ਅੰਤਰ ਆਇਆ ਸੋ ਅਹਿਮਦ ਸ਼ਾਹ ਦੁਰਾਨੀ ਨੇ ਜੇ ਉਸ ਵੇਲੇ ਸਿੰਘਾਂ ਬਾਰੇ ਟਿੱਪਣੀ ਕੀਤੀ ਸੀ ਤਾਂ ਉਹਨਾਂ ਦਾ ਕਿਰਦਾਰ ਦੇਖ ਕੇ ਜੀ ਅਤੇ ਹੁਣ ਜੇ ਕੋਈ ਸਾਡੇ ਬਾਰੇ ਇਹ ਟਿੱਪਣੀ ਕਰੂਗਾ ਕਿ ਇਹ ਕੌਮ ਆ ਜਿਹੜੀ ਇਹ ਗੁਲਾਮੀ ਤੋਂ ਬਾਹਰ ਨਹੀਂ ਆ ਸਕਦੀ ਇਸ ਕੌਮ ਦੀ ਹੋਂਦ ਨੂੰ 2070 ਤੱਕ ਅਸੀਂ ਖਤਮ ਕਰ ਦੇਣਾ ਸੋ ਜੇ ਅੱਜ ਹੁਣ ਸਾਡੇ ਬਾਰੇ ਇਹ ਚੁਣੌਤੀਆਂ ਆ ਰਹੀਆਂ ਨੇ ਤਾਂ ਉਹ ਵੀ ਸਾਡੇ ਅੱਜ ਦੇ ਕਿਰਦਾਰ ਨੂੰ ਦੇਖ ਕੇ ਆ ਰਹੀਆਂ ਨੇ ਸੋ ਇਹ ਅੱਜ ਦੇ ਸੁਨੇਹੇ ਤੋਂ ਕੌਮ ਨੂੰ ਇਸ ਗੱਲ ਦਾ ਮਤਲਬ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਕਿ ਕੌਮ ਕਿੱਥੋਂ ਅਤੇ ਕਿੱਥੇ ਤੱਕ ਜੇ ਅਸੀਂ ਇਸ ਅਹਿਸਾਸ ਨੂੰ ਸੱਚੇ ਮਨੋਂ ਕਰ ਲਾਂਗੇ ਤਾਂ ਸ਼ਾਇਦ ਅਸੀਂ ਹੋਰ ਨਿਗਾਰ 'ਚ ਜਾਣ ਤੋਂ ਬਚ ਜਾਂਗੇ ਅਤੇ ਜੇ ਨਹੀਂ ਕਰਦੇ ਤਾਂ ਫਿਰ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ